ਸਵਾਗਤ ਹੈ ਜੀ ਤੁਸੀਂ ਜੁੜ ਚੁੱਕੇ ਹੋ ਹੁਸ਼ਰਪਰੇ ਨਿਊਜ਼ ਤੇ ਨਾਲ ਤੇ ਮੈਂ ਹਾਂ ਚੇਤਨ ਕਸ਼ਾਪ ਸੋ ਜਲੰਧਰ ਦੇ ਵਿੱਚ ਚੋਣ ਪ੍ਰਚਾਰ ਜਿਹੜਾ ਉਹ ਬੰਦ ਹੋ ਚੁੱਕਾ ਹੈ ਤੇ ਕੱਲ 10 ਮਈ ਨੂੰ ਜਲੰਧਰ ਦੇ ਵਿੱਚ ਲੋਕ ਸਭਾ ਜ਼ਿਮਨੀ ਚੋਣ ਲਈ VOTING ਹੋਵੇਗੀ ਤੇ ਜਲੰਧਰ ਜ਼ਿਲ੍ਹੇ ਦੇ ਲੋਕ ਆਪਣੇ ਸੰਸਦ ਮੈਂਬਰ ਦੀ ਚੋਣ ਕਰਨਗੇ ਆਖਰ ਕਿਸ ਤੇ ਸਿਰ ਤੇ 11:00 ਬਜਦਾ ਫਿਲਹਾਲ ਇਹ ਤਾਂ 13 ਮਹੀਨੇ ਹੀ ਪਤਾ ਲੱਗੇਗਾ ਪਰੰਤੂ ਇਸ ਤਰ੍ਹਾਂ ਜੇਕਰ ਆਪਾਂ ਹੁਸ਼ਿਆਰਪੁਰ ਦੀਆਂ ਸੜਕਾਂ ਦੀ ਗੱਲ ਕਰੀਏ ਹੁਸ਼ਿਆਰਪੁਰ ਜਲੰਧਰ ਮਾਰਗ ਦੀ ਗੱਲ ਕਰੀਏ ਔਰ ਉਸ ਤੋਂ ਵੀ ਵੱਡੀ ਹੁਸ਼ਿਆਰਪੁਰ ਚੰਦਪੁਰਨੀ ਮਾਰਗ ਦੀ ਗੱਲ ਕਰੀਏ ਜ ਜਿਨ੍ਹਾਂ ਦੀ ਹਾਲਤ ਅਜੀਬ ਬਣੀ ਹੋਈ ਆ ਜਿਸ ਨੂੰ ਚਾਕੇ ਵੀ ਸ਼ਬਦਾਂ ਚ ਕਦੇ ਵੀ ਬਿਆਨ ਨਹੀਂ ਕੀਤਾ ਜਾ ਸਕਦਾ ਜਿਵੇਂ ਕਿ ਮੈਂ ਪਹਿਲਾਂ ਹੀ ਕਹਿਣਾ ਕਹਿਣਾ ਹੁੰਦਾ ਕਿ ਹੁਸ਼ਿਆਰਪੁਰ ਚੰਦਪੁਰਨੀ ਮਾਰਗ ਜਾਨਕੀ ਜੋ ਕਿ ਦੋ ਸੂਬਿਆਂ ਨੂੰ ਆਪਸ ਤੇ ਵਿੱਚ ਜੋੜਨ ਦਾ ਕੰਮ ਕਰਦਾ ਹੈ ਤੇ ਨੈਸ਼ਨਲ ਮਾਰਗ ਹੈ ਜਿਸ ਨੂੰ ਕਿ ਲੋਕ ਹੁਣ ਤੋਇਆਂ ਵਾਲਾ ਨੈਸ਼ਨਲ ਹਾਈਵੇ ਕਿਆ-ਕਿਆ ਪੁਕਾਰਦੇ ਨੇ ਉਸਦੀ ਪਹਿਚਾਨ ਬਣ ਚੁੱਕੀ ਆ ਹੁਸ਼ਾਰਪੁਰ ਪਰਵਾਈ ਮਾਰਗ ਦੀ ਇਹ ਦਿੱਕਤ ਆ ਜਿਹੜੀ ਕੋਈ ਅੱਜ ਤੀ ਨਹੀਂ ਚੱਲੀ ਆ ਰਹੀ ਇਹ ਜਿਹੜਾ ਬੂਟਾ ਲੱਗਿਆ ਸੀ ਸੜਕੇ ਟੁੱਟਣ ਦਾ ਇਹ ਸਨ 2016 ਦੇ ਵਿੱਚ ਜਦੋਂ ਅਕਾਲੀ ਭਾਜਪਾ ਦੀ ਸਰਕਾਰ ਸੀ ਉਸ ਵਕਤ ਲੱਗਿਆ ਸੀ ਸੋ ਉਸ ਤੋਂ ਬਾਅਦ 2017 ਦੇ ਵਿੱਚ ਸੱਤਾ ਪਰਿਵਰਤਨ ਹੁੰਦਾ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣਦੀ ਹੈ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਦੇ ਅਹੁਦੇ ਤੇ ਵਿਰਾਜਮਾਨ ਹੁੰਦੇ ਨੇ ਪਰੰਤੂ ਇਹਨਾਂ 50 ਸਾਲਾਂ ਦੌਰਾਨ ਵੀ ਇਹ ਸੜਕ ਦੀ ਹਾਲਤ ਆ ਜਿਹੜੀ ਜਿਉਂ ਦੀ ਤਿਉਂ ਹੀ ਬਰਕਰਾਰ ਰਹਿੰਦੀ ਆ ਬਹੁਤ ਸਾਰੇ ਸੈਂਕੜੇ ਹਾਦ ਕਈ ਲੋਕਾਂ ਨੇ ਆਪਣੀ ਜਾਨ ਵੀ ਗਵਾਈ ਹੈ ਤੇ ਕਈ ਲੋਕਾਂ ਨੇ ਆਪਣੇ ਵਾਹਨ ਗੁਆਏ ਨੇ ਕਈ ਲੋਕ ਜ਼ਖਮੀ ਹੋਏ ਨੇ ਸੋ ਇਹ ਵਰਤਾਰਾ ਜਿਹੜਾ ਲਗਾਤਾਰ ਪਿਛਲੇ ਕਈ ਸਾਲਾਂ ਤੋਂ ਚੱਲਦਾ ਰਿਹਾ ਹੈ ਸੋ ਜੇਕਰ ਆਪਾਂ ਹੁਣ ਦੀ ਗੱਲ ਕਰੀਏ ਤਾਂ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਵੀ ਸੱਤਾ ਵਿੱਚ ਆਇਆ ਹੋਇਆਂ ਨੂੰ ਸਵਾ ਸਾਲ ਦੇ ਕਰੀਬ ਦਾ ਜਿਹੜਾ ਸਮਾਂ ਹੋ ਚੁੱਕਿਆ ਹੈ ਸੋ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 14 ਕਰੋੜ ਰੁਪਏ ਦੀ ਰਾਸ਼ੀ ਆ ਜਿਹੜੀ ਉਹ ਸਪੈਸ਼ਲ ਰਿਪੇਅਰ ਲਈ ਜਾਰੀ ਕੀਤੀ ਗਈ ਆ ਆਦਮਪੁਰ ਤੋਂ ਲੈ ਕੇ ਚੋਹਾਲ ਤੱਕ ਚੰਤਪੁਰ ਨੀ ਮਾਰਗ ਤੱਕ ਸੋ ਜਿਸ ਨੂੰ ਲੈ ਕੇ ਸਮੇਂ ਸਮੇਂ ਤੇ ਹੁਸ਼ਾਰਪੁਰ ਤੋਂ ਵਿਧਾਇਕ ਤੇ ਕੈਬਨਿਟ ਮੰਤਰੀ ਬ੍ਰਮਸ਼ੰਕਰ ਜਿੰਪਾ ਵੱਲੋਂ ਬਿਆਨਬਾਜ਼ੀ ਕੀਤੀ ਜਾਂਦੀ ਰਹੀ ਹੈ ਕਦੇ ਉਹਨਾਂ ਵੱਲੋਂ ਕਿਹਾ ਜਾਂਦਾ ਸੀ ਕਿ 1 ਮਾਰਚ ਨੂੰ ਕੰਮ ਸ਼ੁਰੂ ਹੋ ਜਾਵੇਗਾ ਤੇ ਕਦੇ ਉਹਨਾਂ ਵੱਲੋਂ ਕਿਹਾ ਜਾਂਦਾ ਸੀ ਕਿ ਅਪ੍ਰੈਲ ਦੇ ਵਿੱਚ ਕੰਮ ਸ਼ੁਰੂ ਹੋ ਜਾਵੇਗਾ ਪਰੰਤੂ ਅੱਜ ਮਈ ਮਹੀਨਾ ਚੜ ਚੁੱਕਿਆ ਹੈ ਤੇ ਮਈ ਮਹੀਨੇ ਦੇ ਵੀ ਨੌਰਥਨ ਬੀਤ ਚੁੱਕੇ ਨੇ ਤਾਂ ਅਜੇ ਵੀ ਕੰਮ ਜਿਹੜਾ ਉੱਥੇ ਸ਼ੁਰੂ ਨਹੀਂ ਹੋਇਆ ਤਾਂ ਜਦੋਂ ਬੀਤੇ ਸਮੇਂ ਦੌਰਾਨ ਆਧਾਰਾ ਹੁਸ਼ਾਰਪੁਰਾ న్యూਸ ਵੱਲੋਂ ਕੈਬਨਟ ਮੰਤਰੀ ਬ੍ਰਹਮਸ਼ੰਕਰ ਰਜੀਮਪਾ ਨੂੰ ਇਹ ਸਵਾਲ ਚੁੱਕਿਆ ਗਿਆ ਸੀ ਇਹ ਸਵਾਲ ਪੁੱਛਿਆ ਗਿਆ ਸੀ ਕਿ ਮੰਤਰੀ ਸਾਹਿਬ ਚੋਣਾ ਤੋਂ ਪਹਿਲਾਂ ਤੁਸੀਂ ਹੁਸ਼ਾਰਪੁਰ ਦੇਆਂ ਚੁੱਟੀਆਂ ਸੜਕਾਂ ਤੇ ਝੋਨਾ ਲਾਉਂਦੇ ਨਹੀਂ ਸੀ ਥੱਕਦੇ ਤੇ ਅੱਜ ਤੁਹਾਡੀ ਸਰਕਾਰ ਆ ਚੁੱਕੀ ਹੈ ਤੇ ਹੁਣ ਸੜਕਾਂ ਕਿਉਂ ਕਿਉਂ ਨਹੀਂ ਬਣ ਰਹੀਆਂ ਨੇ ਤਾਂ ਉਸ ਵਕਤ ਵੀ ਉਹਨਾਂ ਵੱਲੋਂ ਜਾਣਕਾਰੀ ਦਿੱਤੀ ਗਈ ਸੀ ਕੀ ਚੋਣਾਂ ਹਫ਼ਤਾ ਲੱਗਾ ਹੋਣ ਦੇ ਕਾਰਨ ਕਿਉਂਕਿ ਜ਼ਿਲ੍ਹੰਦਰ ਦੇ ਵਿੱਚ ਜਿਵੇਂ ਕਿ ਮੈਂ ਸ਼ੁਰੂਆਤ ਕੀਤੀ ਹੈ ਜ਼ਿਲ੍ਹੰਦਰ ਦੇ ਵਿੱਚ ਜ਼ਿਮਨੀ ਚੋਣ ਹੈ ਲੋਕ ਸਭਾ ਦੇ ਮੈਂਬਰ ਦੀ ਸੋ ਚੋਣਾਂ ਹਫ਼ਤਾ ਲੱਗਾ ਹੋਣ ਦੇ ਕਾਰਨ ਇਹ ਸੜਕ ਦਾ ਕੰਮ ਹੈ ਜਿਹੜਾ ਸ਼ੁਰੂ ਨਹੀਂ ਹੋਇਆ ਸੋ ਹੁਸ਼ਿਆਰਪੁਰ ਦੇ ਵਿੱਚ ਚੋਣ ਹਫ਼ਤੇ ਦਾ ਕੀ ਸਬੰਧ ਹੈ ਫਿਲਹਾਲ ਇਹ ਤਾਂ ਮੇਰੀ ਸਮਝ ਤੋਂ ਬਾਹਰ ਹੈ ਪਰੰਤੂ ਇਸ ਤਰ੍ਹਾਂ ਜੇਕਰ ਆਪਾਂ ਮੰਤਰੀ ਸਾਹਿਬ ਦੀ ਗੱਲ ਕਰੀਏ ਤਾਂ ਮੰਤਰੀ ਸਾਹਿਬ ਨੇ ਵੀ ਲੋਕਾਂ ਨੂੰ ਦੱਸਣਾ ਜ਼ਰੂਰੀ ਨਹੀਂ ਸਮਝਿਆ ਸੀ ਕਿ ਭਾਈ ਜਿੱਥੇ ਇੰਨਾ ਵਕਤ ਤੁਹਾਨੂੰ ਇੰਤਜ਼ਾਰ ਕਰਨਾ ਪਿਆ ਥੋੜਾ ਜਿਹਾ 2-4 ਦਿਨ ਦਾ ਜਾਂ 15 ਵੀ ਦਿਨ ਦਾ ਤੁਹਾਨੂੰ ਹੋਰ ਇੰਤਜ਼ਾਰ ਕਰਨਾ ਪੈ ਸਕਦਾ ਹੈ ਚਲੋ ਫਿਲਹਾਲ ਅਦਾਰਾ ਹੁਸ਼ਿਆਰਪੁਰ ਨਿਊਜ਼ ਵੱਲੋਂ ਇਹ ਮੁੱਦਾ ਚੁੱਕਿਆ ਗਿਆ ਮੰਤਰੀ ਸਾਹਿਬ ਦੀ ਗੱਲ ਹੈ ਜਿਹੜੀ ਲੋਕਾਂ ਤੱਕ ਪਹੁੰਚਾਈ ਗਈ ਸੋ ਹੁਣ ਕੱਲ 10 ਮਈ ਨੂੰ ਜਲੰਧਰ ਦੇ ਵਿੱਚ ਲੋਕ ਸਭਾ ਦੀ ਜ਼ਿਮਨੀ ਚੋਣ ਹੋਵੇਗੀ ਚੋਣ ਹਫ਼ਤਾ ਵੀ ਖਤਮ ਹੋ ਜਾਵੇਗਾ ਸੋ ਹੁਣ ਮੈਂ ਮੰਤਰੀ ਸਾਹਿਬ ਨੂੰ ਅਪੀਲ ਕਰਨਾ ਚਾਹਾਂਗਾ ਕਿ ਆਪਣੇ ਕਹੇ ਮੁਤਾਬਕ ਹੁਣ ਤੁਸੀਂ ਕਿਰਪਾ ਕਰਕੇ ਬੇਨਤੀ ਆ ਤੁਹਾਡੇ ਅੱਗੇ ਸਾਰੇ ਪੰਜਾਬ ਵਾਸੀਆਂ ਤਰਫੋਂ ਸਾਰੇ ਹੁਸ਼ਿਆਰਪੁਰ ਵਾਸੀਆਂ ਤਰਫੋਂ ਮੈਂ ਬੇਨਤੀ ਕਰਦਾ ਹੱਥ ਬੰਨ ਕੇ ਕਿ ਮੰਤਰੀ ਸਾਹਿਬ ਹੁਣ ਹੁਸ਼ਿਆਰਪੁਰ ਚੰਤਪੁਰ ਨੇ ਮਾਰਗ ਦੀ ਰਿਪੇਅਰ ਦਾ ਕੰਮ ਹੈ ਜਿਹੜਾ ਉਹ ਸ਼ੁਰੂ ਕਰਵਾ ਦਿਓ ਹੁਣ ਵੀ ਤੁਸੀਂ ਲੋਕਾਂ ਨੂੰ ਲਾ ਰਿਆਂ ਚ ਨਾ ਰੱਖਿਓ ਕਿਉਂਕਿ ਇਸ ਤੋਂ ਪਹਿਲਾਂ ਵੀ ਕਦੇ ਤੁਸੀਂ ਮਾਰਚ ਦਾ ਕਹਿ ਚੁੱਕੇ ਹੋ ਕਦੇ April ਦਾ ਕਹਿ ਚੁੱਕੇ ਹੋ ਸੋ ਹੁਣ ਤੁਹਾਡੇ ਵੱਲੋਂ ਪੱਕੀ ਗਾਰੰਟੀ ਦਿੱਤੀ ਗਈ ਸੀ ਕਿ ਚੋਣਾਂ ਸਾਬ ਤੱਕ ਖਤਮ ਹੁੰਦੇ ਸਾਰੀ ਜਿਹੜਾ ਸਰਕੂਲਰ ਰਿਪੇਅਰ ਦਾ ਕੰਮ ਹੈ ਸ਼ੁਰੂ ਹੋ ਜਾਵੇਗਾ ਸੋ ਮੈਂ ਤੁਹਾਨੂੰ ਬੇਨਤੀ ਕਰਦਾ ਇੱਕ ਨਾਗਰਿਕ ਹੋਣ ਦੇ ਤੌਰ ਤੇ ਕਿ ਹੁਣ ਸੜਕ ਦਾ ਕੰਮ ਹੈ ਜਿਹੜਾ ਉਹ ਸ਼ੁਰੂ ਕਰਵਾ ਦਿਓ ਕਿਉਂਕਿ ਬੀਤੇ ਸਮੇਂ ਦੌਰਾਨ अनेके ਹੀ ਹਾਲਾਤ ਸੇ ਜਿਹੜੇ ਉਹ ਵਾਪਰੇ ਨੇ ਬਹੁਤ ਸਾਰੇ ਲੋਕ ਜ਼ਖਮੀ ਹੋਏ ਨੇ ਇਹ ਧਾਮ ਹੈ ਜਿਹੜਾ ਇਸ ਮਾਰਗ ਹੈ ਜਿਹੜਾ ਇਹ ਚਾਰ ਧਾਮਾਂ ਨੂੰ ਆਪਸ ਦੇ ਵਿੱਚ ਜੋੜਨ ਦਾ ਕੰਮ ਕਰਦਾ ਹੈ ਦੇਸ਼ ਵਿਦੇਸ਼ ਦੇ ਵਿੱਚ ਉਹ ਸੰਗਤ ਹੈ ਜਿਹੜੀ ਉਹ ਨਤਮਸਤਕ ਹੋਣ ਲਈ ਆਉਂਦੀ ਹੈ ਬਕਵਾਕ ਇਹ ਧਾਰਮਿਕ ਸਥਾਨਾਂ ਤੇ ਵੱਡੀ ਗਿਣਤੀ ਦੇ ਵਿੱਚ ਸਲਾਨੀ ਘੁੰਮਣ ਲਈ ਜਾਂਦੇ ਨੇ ਜਿਵੇਂ ਕਿ ਹੁਣ ਗਰਮੀ ਦਾ ਮੌਸਮ ਸ਼ੁਰੂ ਹੋ ਚੁੱਕਿਆ ਸੋ ਵੱਡੀ ਗਿਣਤੀ ਦੇ ਵਿੱਚ ਜਿੱਥੇ ਹੁਸ਼ਿਆਰਪੁਰੀਏ ਹੁਸ਼ਿਆਰਪੁਰ ਜ਼ਿਲ੍ਹੇ ਦੇ ਲੋਕ ਧਰਮਸ਼ਾਲਾ ਮਕਲੌਣਕਾ ਚ ਘੁੰਮਣ ਲਈ ਘੁੰਮਣ ਲਈ ਜਾਂਦੇ ਨੇ ਉੱਥੇ ਹੀ ਵੱਖ-ਵੱਖ ਪੰਜਾਬ ਦੇ ਹਿੱਸਿਆਂ 24 ਪੰਜਾਬ ਦੇ ਵੱਖ-ਵੱਖ ਹਿੱਸਿਆਂ ਚ ਵੀ ਵੱਡੀ ਗਿਣਤੀ ਦੇ ਵਿੱਚ ਸਲਾਨੀ ਆ ਜਿਹੜੇ ਉਹ ਹਿਮਾਚਲ ਘੁੰਮਣ ਲਈ ਜਾਂਦੇ ਨੇ ਸੋ ਬੇਨਤੀ ਹੈ ਅਪੀਲ ਹੈ ਤੁਹਾਨੂੰ ਕਿ ਇਹ ਯਾਤਰਾ ਸ਼ੁਰੂ ਹੋਣ ਤੋਂ ਪਹਿਲਾਂ ਕਿਉਂਕਿ ਕੁਝ ਸਮੇਂ ਤੱਕ ਮਾਤਾ ਚਿੰਤਪੂਰਨੀ ਜੀ ਦੇ ਮੇਲੇ ਵੀ ਆਉਣਗੇ ਸਲਾਨੀਆਂ ਦੀ ਆਮਦ ਵੀ ਜਿਹੜੀ ਭਾਰੀ ਗਿਣਤੀ ਦੇ ਵਿੱਚ ਉੱਥੇ ਆਉਣੀ ਸ਼ੁਰੂ ਹੋ ਜਾਵੇਗੀ ਸੋ ਉਹਨਾਂ ਤੇ ਆਉਣ ਤੋਂ ਪਹਿਲਾਂ ਪਹਿਲਾਂ ਸੜਕ ਦਾ ਕੰਮ ਹੈ ਜਿਹੜਾ ਮੰਤਰੀ ਸਾਹਿਬ ਮੁਕੰਮਲ ਕਰਵਾ ਦਿਓ ਹੁਣ ਵੀ ਕਿਤੇ ਇਹ ਨਾ ਹੋਵੇ ਕਿ ਤੁਸੀਂ ਪਹਿਲਾਂ ਆਵਾਂਗੇ ਹੁਸ਼ਾਰਪੁਰ ਦੇ ਲੋਕਾਂ ਨੂੰ ਲਾਰਿਆ ਚਾਹੀ ਰੱਖੀਓ ਸੋ ਬਹੁਤ ਬਹੁਤ ਧੰਨਵਾਦ ਤੁਸੀਂ ਜੁੜੇ ਰਹੋ ਹੁਸ਼ਾਰਪੁਰ ਨਿਊਜ਼ ਦੇ ਨਾਲ